ਜਲ ਥਲ ਕਰ ਤਾਰਾ ਬਣਿਆ ਸੀ। ਤੇ ਪੰਜਾਬ ਵਿੱਚ ਮੌਨਸੂਨ ਲਗਾਤਾਰ ਆਪਣਾ ਕਹਿਰ ਦਿਖਾ ਰਿਹਾ ਹੈ। ਰੁਕ ਰੁਕ ਕੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਬਾਰਿਸ਼ ਹੋ ਰਹੀ ਹੈ। ਅੱਜ ਤੜਕੇ ਤੋਂ ਹੀ ਪੰਜਾਬ ਭਰ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ। ਅਜਿਹੇ ਵਿੱਚ ਇਹ ਤਸਵੀਰਾਂ ਮਾਨਸਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਵੱਡੇ ਪੱਧਰ 'ਤੇ ਵਰਖਾ ਹੋਈ ਅਤੇ ਸ਼ਹਿਰਾਂ ਬਾਜ਼ਾਰਾਂ ਵਿੱਚ ਬੁਰੀ ਤਰ੍ਹਾਂ ਪਾਣੀ ਭਰਿਆ ਨਜ਼ਰ ਆਇਆ। ਬੋਤਾ ਸਾਰਾ ਕੁਛ ਅੱਜ ਤਾਂ ਪੰਜਾਬ ਮਾਨਸਾ ਦੀ ਵੀਡੀਓ ਅਤੇ ਮਾਨਸਾ ਦੇ ਬੱਸ ਅੱਡੇ ਤੋਂ ਲੈ ਕੇ ਗਲੀਆਂ ਬਾਜ਼ਾਰਾਂ ਤੱਕ ਹਰ ਕਿਧਰੇ ਪਾਣੀ ਹੀ ਪਾਣੀ ਨਜ਼ਰ ਆਇਆ। ਕਾਰਾਂ ਅਤੇ ਦੂਜੇ ਵਾਹਨ ਪਾਣੀ ਵਿੱਚ ਕਰੀਬ 1.5 ਤੋਂ 2 ਫੁੱਟ ਤੱਕ ਡੁੱਬੇ ਨਜ਼ਰ ਆਏ। ਉੱਥੇ ਹੀ ਕਈ ਦੁਕਾਨਾਂ ਅੰਦਰ ਵੀ ਪਾਣੀ ਭਰ ਗਿਆ, ਜਿਸ ਤੋਂ ਬਾਅਦ ਕਿ ਦੁਕਾਨਦਾਰ ਬਾਲਟੀਆਂ ਨਾਲ ਅਤੇ ਦੁਕਾਨਾਂ ਦੇ ਗੇਟ ਦੇ ਅੱਗੇ ਬੰਨ ਲਾ ਕੇ ਇਸ ਪਾਣੀ ਨੂੰ ਕੱਢਦੇ ਨਜ਼ਰ ਆਏ ਨੇ। ਉੱਥੇ ਹੀ ਸ਼ਹਿਰ ਦੇ ਵੱਖ ਵੱਖ ਗਲੀ ਮੁਹੱਲਿਆਂ ਵਿੱਚ ਵੀ ਪਾਣੀ ਹੀ ਪਾਣੀ ਨਜ਼ਰ ਆਇਆ। ਲੋਕ ਪਹਿਲੀ ਬਾਰਿਸ਼ ਦੇ ਪਏ ਇਸ ਤੇਜ਼ ਮੀਂਹ ਕਾਰਨ ਪਰੇਸ਼ਾਨ ਹੁੰਦੇ ਵੀ ਨਜ਼ਰ ਆਏ। ਬੀਤੀ ਰਾਤ ਤੋਂ ਹੀ ਇਹ ਮੀਂਹ ਪੰਜਾਬ ਭਰ ਵਿੱਚ ਲਗਾਤਾਰ ਜਾਰੀ ਹੈ, ਜਿਸ ਨੇ ਹੁਣ ਆਪਣਾ ਕਹਿਰ ਦਾ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪੈਂਟਾਂ ਦੇ ਵਿੱਚ ਦੱਸੋ ਕਿੱਥੇ ਕਿੱਥੇ ਮੀਂਹ ਪੈ ਰਿਹਾ, ਕਿਹੜੀ ਕਿਹੜੀ ਗਲੀ ਵਿੱਚ ਕਿੰਨਾ ਕਿੰਨਾ ਪਾਣੀ ਖੜ ਚੁੱਕਿਆ। ਉਸ ਗਲੀਆਂ ਦਾ ਕੀ ਹਾਲ ਹੋਵੇਗਾ ਜਿਸ ਦੇ ਵਿੱਚ 24 ਘੰਟੇ 12 ਮਹੀਨੇ 30 ਦਿਨ ਪਾਣੀ ਖੜਾ ਰਹਿੰਦਾ ਸੀਵਰੇਜ ਦਾ, ਜੋ ਗਲੀ ਦੇ ਵਿੱਚ ਦਾ ਉਧਰ ਬੱਸ ਅੱਡਾ ਵੀ ਇਸ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬਿਆ ਨਜ਼ਰ ਆਇਆ। ਰਾਹਗੀਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਵਾਹਨ ਇਸ ਪਾਣੀ ਵਿੱਚ ਫਸੇ ਨਜ਼ਰ ਆਏ, ਦੁਕਾਨਾਂ ਆਦਿ ਵਿੱਚ ਵੀ ਪਾਣੀ ਅੰਦਰ ਜਾਂਦਾ ਹੋਇਆ ਨਜ਼ਰ ਆਇਆ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਧਰ ਇਹ ਵੀਡੀਓ ਇੱਕ ਬੱਸ ਵਿੱਚੋਂ ਕਿਸੇ ਯਾਤਰੀ ਵੱਲੋਂ ਬਣਾਈ ਗਈ ਹੈ, ਜਿਸ ਵਿੱਚ ਕਿ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸਕੂਲੀ ਵੈਨ ਅਤੇ ਦੂਜੇ ਵਾਹਨ ਪਾਣੀ ਵਿੱਚ ਡੁੱਬੇ ਹੋਏ ਨੇ। ਬੱਚਿਆਂ ਨੂੰ ਸਕੂਲ ਜਾਣ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਈ ਦੁਕਾਨਾਂ ਵਿੱਚ ਅੰਦਰ ਤੱਕ ਪਾਣੀ ਪਹੁੰਚ ਗਿਆ। ਕਿਸ਼ਤੀ ਚੱਲਦੀ ਆ।
ਤਾਂ ਦੱਸਦੀ ਹੈ ਕਿ ਪੰਜਾਬ ਭਰ ਵਿੱਚ ਵੈਸਟਰਨ ਡਿਸਟਰਬੈਂਸ ਦੇ ਨਾਲ ਨਾਲ ਮੌਨਸੂਨ ਨੇ ਵੀ ਦਸਤਕ ਦਿੱਤੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਵੈਸਟਰਨ ਡਿਸਟਰਬੈਂਸ ਅਤੇ ਮੌਨਸੂਨ ਦੇ ਇਕੱਠੇ ਆਉਣ ਨਾਲ ਦੋਵਾਂ ਵਿਚਾਲੇ ਟਕਰਾਅ ਹੋਇਆ ਹੈ ਅਤੇ ਪੰਜਾਬ ਸਣੇ ਹਿਮਾਚਲ, ਉੱਤਰਾਖੰਡ, ਕਸ਼ਮੀਰ ਅਤੇ ਯੂਪੀ ਤੱਕ ਇਸ ਮੀਂਹ ਨੇ ਆਪਣਾ ਰੂਪ ਦਿਖਾਇਆ ਹੈ। ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ 4 ਜੁਲਾਈ ਯਾਨੀ ਕਿ ਅੱਜ ਤੋਂ ਲੈ ਕੇ 7 ਤੋਂ 8 ਜੁਲਾਈ ਤੱਕ ਭਾਰੀ ਮੀਂਹ ਦਾ ਅਨੁਮਾਨ ਜਿਤਾਇਆ ਗਿਆ ਹੈ। ਭਾਰੀ ਮੀਂਹ ਦਾ ਖਦਸ਼ਾ ਮੌਸਮ ਵਿਭਾਗ ਵੱਲੋਂ ਜਿਤਾਇਆ ਗਿਆ। ਅਜਿਹੇ ਵਿੱਚ ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਅਲਰਟ ਰਹਿਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਬਿਊਰੋ ਰਿਪੋਰਟ, ਸੈਂਟਰਲ ਪੰਜਾਬ ਟੀਵੀ।